ਅੱਜ ਦੇ ਹੁਕਮ ਦਿੱਤੇ ਨੇ ਚੀਫ ਮਿਨਿਸਟਰ ਟਵੀਟ ਕਰਕੇ ਕੀ ਲਿਖਦੇ ਨੇ ਮੱਖ ਮੰਤਰੀ ਮਾਨ ਨੇ ਟਵੀਟ ਕਰਕੇ ਲਿਖਿਆ ਕਿ ਪਿਛਲੀ ਸਰਕਾਰ ਦੇ ਵਿੱਚ ਜੋ ਕੁਝ ਹੋਇਆ ਉਸ ਦੀ ਤਫ਼ਤੀਸ਼ ਅਸੀਂ ਕਰਵਾਉਣ ਜਾ ਰਹੇ ਹਾਂ ਪ੍ਰਾਈਵੇਟ ਅਦਾਰਿਆਂ ਨੂੰ ਦਿੱਤੇ ਫੰਡਾਂ ਵਿੱਚ ਗੜਬੜੀ ਦਿਖਾਈ ਗਈ ਹੈ ਜਾਂਚ ਲਈ ਹੁਕਮ ਜਾਰੀ ਹੋ ਚੁੱਕੇ ਹੈ ਐਸਸੀ ਵਿਦਿਆਰਥੀਆਂ ਦੇ ਜਿਨ੍ਹਾਂ ਨੇ ਹੱਕ ਮਾਰੇ ਹੁਣ ਅਸੀਂ ਹੱਕ ਦਿਵਾਉਣ ਦਾ ਕੰਮ ਕਰਾਂਗੇ ਅੰਕੁਸ਼ ਕੋਲੇ ਸਾਡੇ ਪੱਤਰਕਾਰ ਸਾਡੇ ਨਾਲ ਲਾਈਵ ਜੁੜ ਚੁੱਕੇ ਨੇ ਅੰਕੁਸ਼ ਅ ਇਸ ਨੂੰ ਕਥਿਤ ਘਟਾਲਾ ਕਹੀਏ ਜਾਂ ਫਿਰ ਘਟਾਲਾ ਕਹੀਏ ਦੇਖੋ ਇਹ ਜਾਂਚ ਦਾ ਵਿਸ਼ਾ ਇਨਵੈਸਟੀਗੇਟਿਵ ਆਫੀਸਰ ਜਾਂਚ ਜੰਸੀਏ ਇਸ ਨੂੰ ਬੜੀ ਸਪਸ਼ਟਤਾ ਨਾਲ ਬਿਆਨ ਕਰ ਸਕਦੀਆਂ ਨੇ ਪਰ ਕਿਸ ਸਰਕਾਰ ਦਾ ਜ਼ਿਕਰ ਹੋ ਰਿਹਾ ਇਹ ਬਹੁਤ ਇੰਪੋਰਟੈਂਟ ਰੋਲ ਹੈ ਅੰਕੁਸ਼ ਤੁਹਾਡੇ ਯਾਦ ਹੋਏਗਾ ਕੈਪਟਨ ਅਮਰਿੰਦਰ ਸਿੰਘ ਦੀ ਵਜ਼ਾਰਤ ਦੇ ਵਜ਼ੀਰ ਸਾਧੂ ਸਿੰਘ ਧਰਮਸੋਤ ਵੀ ਵੱਡੀ ਚਰਚਾ 'ਚ ਰਹੇ ਕਥਿਤ ਸਕਾਲਰਸ਼ਿਪ ਸਕੈਮ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਕਲੀਨ ਚਿੱਟ ਦਿੱਤੀ ਸੀ ਮਾਨ ਸਰਕਾਰ ਕਿਸ ਤਰ੍ਹਾਂ ਦੀ ਕਾਰਵਾਈ ਕਰਨ ਜਾ ਰਹੀ ਹੈ ਕਿ ਉਹ ਕਲੀਨ ਚਿੱਟ ਗਿਲਟੀ ਚਿੱਟ ਚ ਤਬਦੀਲ ਹੋਏਗੀ ਜਾਂ ਫਿਰ ਨਹੀਂ ਬਿਲਕੁਲ ਕ੍ਰਿਸ਼ਨ ਗੱਲ ਕਰ ਲਈਏ ਜਿਹੜੇ ਪਿਛਲੇ ਸਾਬਕਾ ਮੰਤਰੀ ਜਿਹੜੇ ਹੁਣ ਰਹ ਚੁੱਕੇ ਨੇ ਉਹਨਾਂ ਤੇ ਲਗਾਤਾਰ ਗਾਜ਼ ਜੜੀ ਹੈ ਗਿਰਦੀ ਹੈ ਨਜ਼ਾਰੀਏ ਖਾਸ ਤੌਰ ਤੇ ਗੱਲ ਕਰ ਲਈਏ ਸਾਧੂ ਸਿੰਘ ਧਰਮਸੋਦ ਦੀ ਸਾਬਕਾ ਮੰਤਰੀ ਨੇ ਤੇ ਲਗਾਤਾਰ ਜਿਹੜਾ ਹੈਗਾ ਉਹਨਾਂ ਤੇ ਹੁਣ ਗਾਜ਼ ਗਿਰ ਰਹੀ ਹੈਗੀ ਹੈ ਪਹਿਲਾਂ ਇੱਕ ਮਾਮਲਾ ਜਿਸ ਨੂੰ ਲੈ ਕੇ ਉਹ ਜੁਡੀਸ਼ੀਅਲ ਇਸ ਵੇਲੇ ਕਸਟਰੀ ਚੱਲ ਰਿਹਾ ਹੈਗਾ ਇੱਕ ਪਹਿਲਾ ਜੰਗਲਾਤ ਦਾ ਜਿਹੜਾ ਹੈਗਾ ਇਹ ਤਮਾਮ ਸਕੈਮ ਦੀ ਗੱਲ ਜਿਹੜੀ ਹੈ ਆਮ ਆਦਮੀ ਪਾਰਟੀ ਸਰਕਾਰ ਕਰ ਰਹੀ ਹੈਗੀ ਹੈ ਜਿਸ ਤੇ ਉਹਨਾਂ ਤੇ આરોਪ ਵੀ ਲੱਗੇ ਆਗੇ ਕਿ 500 ਪ੍ਰਤੀ ਪੇੜ ਜਿਹੜਾ ਹੈਗਾ ਉਹਨਾਂ ਨੇ ਲਿਆ ਕਰੋੜਾਂ ਦਾ ਉਸ ਸਕੈਮ ਦੀ ਰੋਜ਼ ਜਿਸ਼ਨ ਕਸਪਲੀ ਦੇ ਚੱਲ ਰਿਹਾ ਹੈ ਤੇ ਹੁਣ ਐਸਸੀ ਪੋਸਟ ਮੈਟ੍ਰਿਕ ਸਕੀਮ ਦਾ ਜਿਹੜਾ ਘੁਟਾਲਾ ਹੋਇਆ ਸੀਗਾ ਉਸ ਵੇਲੇ ਕਥਿਤ ਤੌਰ ਤੇ ਉਸ ਨੂੰ ਲੈ ਕੇ ਜਿਹੜਾ ਹੈ 700 300 ਦੀਆਂ ਮੁਸ਼ਕਲਾਂ ਫੇਰ ਵਧੀਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਜਿਸ ਤਰ੍ਹਾਂ ਸੀਐਮ ਭਗਵੰਤ ਮਾਨ ਨੇ ਅੱਜ ਇਸ ਦੇ ਤੌਰ ਤੇ ਜਿਹੜਾ ਹੈਗਾ ਉਸ तमाम ਅਫਸਰਾਂ ਨੂੰ ਜਿਹੜਾ ਹੈਗਾ ਹਦਾਇਤਾਂ ਦੇ ਦਿੱਤੀਆਂ ਨੇ ਕਿ ਪੁਰਾਣੀਆਂ ਸਾਰੀਆਂ ਫਾਈਲਾਂ ਜਿਹੜੀਆਂ ਐਸਸੀ ਪੋਸਟ ਮੈਟ੍ਰਿਕ ਸਕੀਮ ਸੀਗੀ ਉਸ ਵੇਲੇ ਉਸ ਦੇ ਬਾਬਤ ਖੋਲ ਲੀਆਂ ਜਾਣ ਔਰ ਦੱਸ ਦिए ਨਾ ਕਿ ਸਿਰਫ ਸਾਧੂ ਸਿੰਘ ਧਰਮਸੋਤ ਉਸ ਸਮੇਂ ਦੇ ਜਿਹੜੇ ਸੋਸ਼ਲ ਵੈਲਫੇਅਰ ਡਿਪਾਰਟ ਉਹਨਾਂ ਤੇ ਵੀ ਜਿਹੜਾ ਗਾਜ਼ਗਿਰਦੀ ਹੋਈ ਨਜ਼ਰ ਆ ਰਹੀ ਹੈ ਉਹਨਾਂ ਤੇ ਜਿਹੜਾ ਹੈਗਾ ਹੁਣ ਸਾਨੂੰ ਪਤਾ ਲੱਗ ਰਿਹਾ ਹੈਗਾ ਆਪਣੇ ਸੂਤਰਾਂ ਤੋਂ ਕਿ ਉਹਨਾਂ ਤੇ ਵੀ ਜਿਹੜਾ ਸੈਟਅਪ ਇੱਕ ਹੋ ਚੁੱਕਿਆ ਹੈਗਾ ਜਲਦ ਇਨਕੁਆਰੀ ਸਟਾਰਟ ਹੋ ਜਾਏਗੀ 6 ਆਫੀਸਰਸ ਨੇ ਇਹ ਕਿਹਾ ਗਿਆ ਹੈ ਕਿ ਡਿਸਬਰਸਰ ਜਿਹੜੇ ਨਹੀਂ ਹੋ ਰਹੇ ਸੀਗੇ ਪ੍ਰੋਪਰ ਖਾਤਿਆਂ 'ਚ ਨਹੀਂ ਜਾ ਰਹੇ ਸੀਗੇ ਜਿਹੜੇ ਪੈਸੇ ਜਾਣੇ ਚਾਹੀਦੇ ਸੀਗੇ ਐਸਸੀ ਸਕਾਲਰਸ਼ਿਪ ਸਕੀਮ 'ਚ ਉਹ ਨਹੀਂ ਜਾ ਪਏ ਉਸ ਦੇ ਕੌਣ-ਕੌਣ ਜ਼ਿੰਮੇਵਾਰ ਸੀਗਾ ਉਹ तमाम ਆਫੀਸ਼ੀਅਲਸ ਵੀ ਉਹ ਵੀ ਹੁਣ ਇਸ ਵੇਲੇ ਕਟਕਾਰੇ 'ਚ ਜਲਦ ਨਜ਼ਰ ਆ ਸਕਦੇ ਨੇ ਔਰ 6 ਅਫਸਰ ਉਹ ਹੈਗੇ ਨੇ ਜਿੰਦਾ ਜ਼ਿਕਰ ਅਸੀਂ ਕਰ ਰਿਹਾ ਹੈ ਦੱਸਦੀ ਹੈ ਕਿ ਉਸ ਵੇਲੇ ਜਿਹੜਾ ਹੈ ਕਲੀਨ ਚਿੱਟ ਦੇਤੀ ਸੀਗੀ ਕੈਪਟਨ ਸਰਕਾਰ ਨੇ ਆਪਣਾ ਹੀ ਉਹਨਾਂ ਦੇ ਮੰਤਰੀ ਸੀਗੇ ਲੇਕਿਨ ਹੁਣ ਮਾਨ ਸਰਕਾਰ ਭਗਵੰਤ ਮਾਨ ਸਰਕਾਰ ਜਿਹੜੀ ਹੈਗੀ ਹੈ ਸੂਬੇ ਦੀ ਉਹ ਇਸ ਵੇਲੇ ਸਖਤ ਨਜ਼ਰ ਆ ਰਹੀ ਹੈਗੀ ਔਰ ਇਹ ਵੀ ਨਾਲ ਦੇ ਨਾਲ ਕਿਹਾ ਜਾ ਰਿਹਾ ਹੈਗਾ ਕਿ ਕੁਝ ਪ੍ਰਾਈਵੇਟ ਇੰਸਟੀਟਿਊਟਸ ਨੂੰ ਇਸ ਜਿਹੜਾ ਹੈਗਾ ਫਾਇਦਾ ਦਿੱਤਾ ਗਿਆ ਸੀਗਾ ਨਜਾਇਜ਼ ਤੌਰ ਤੇ ਔਰ ਇਸ ਦੇ ਕਟਗਰੇਚ ਹੁਣ ਬਿਲਕੁਲ ਜਿਹੜੇ ਨਜਾਇਜ਼ ਉਹ ਫਾਇਦੇ ਦਿੱਤੇਗੇ ਜਿਹੜੇ ਇੰਸਟੀਟਿਊਟਸ ਨੂੰ ਉਹਨਾਂ ਦਾ ਨਾਮ ਵੀ ਜਲਦ ਸਾਹਮਣੇ ਆ ਸਕਦਾ ਹੈ ਤੇ ਇਨਕੁਆਰੀ ਇਸ ਜਲਦ ਇਨੀਸ਼ੀਏਟ ਹੋਵੇਗੀ ਔਰ ਦੱਸਦੀ ਹੈ ਕਿ ਆਈਐਸ ਆਫੀਸਰਸ ਜਿਹੜੇ ਹੁੰਦੇ ਨੇ ਤਮਾਮ ਕੇਸ ਚਾਹੇ ਕਿ ਸੋਣਿਆ ਹੋਰ ਕੇਸ ਵਿਜੀਲੈਂਸ ਜਿਹੜਾ ਵਿਭਾਗ ਹੈਗਾ ਉਸਨੇ ਆਮ ਆਦੀ ਪਾਰਟੀ ਜਿਹੜੀ ਪੰਜਾਬ ਚ ਸਰਕਾਰ ਹੈਗੀ ਇਹ ਸੂਬੇ ਸਰਕਾਰ ਹੈ ਭਗਵਾਨਤਮਾਨ ਸਰਕਾਰ ਤੋਂ ਇਜਾਜ਼ਤ ਮੰਗੀ ਹੈ ਕਿਉਂਕਿ ਆਈਐਸ ਆਫੀਸਰਸ ਤੇ ਜਦੋਂ ਵੀ ਜਦੋਂ ਕੰਪਲੇਂਟ ਪਾਣੀ ਹੁੰਦੀ ਹੈ ਐਫਆਈਆਰ ਪਾਣੀ ਹੁੰਦੀ ਹੈ ਜਾਂ ਰਹਂਦੀਆਂ ਨੇ ਉਸ ਵੇਲੇ ਇੱਕ ਵਾਰ ਪਰਮਿਸ਼ਨ ਲੈਣੀ ਪੈਂਦੀ ਐ ਸੂਬੇ ਦੀ ਸਰਕਾਰ ਦੀ ਪਹਿਲਾਂ ਜਿਸ ਤਰ੍ਹਾਂ ਸੰਜੇ ਪੋਪਲੀ ਉਹਨਾਂ ਤੇ ਜਿਹੜਾ ਐਫ ਆਈ ਆਰ ਸੋਈਆਂ ਇਨਕੁਆਰੀਆਂ ਹੋਈਆਂ ਉਹ ਮਾਮਲਾ ਹਜੇ ਚੱਲ ਰਿਹਾ ਹੈਗਾ ਉਸ ਵੇਲੇ ਵੀ ਜਿਹੜਾ ਇਜਾਜ਼ਤ ਲੈਣੀ ਪਈ ਸੀ ਤੇ ਹੁਣ ਬਿਲਕੁਲ ਬਿਜ਼ਨਸ ਬਿਊਰੋ ਨੇ ਇਸ ਕੇਸ ਨੂੰ ਲੈ ਲਿਆ ਚਾਹੇ ਐਸ ਸੀ ਸਕਾਲਰਸ਼ਿਪ ਸਕੈਮ ਇਸ ਨੂੰ ਲੈ ਕੇ ਵੀ ਉਹ ਹੋਰ ਮਾਮਲਿਆਂ ਨੂੰ ਲੈ ਕੇ ਵੀ ਕਈ ਆਈ ਐਸ ਆਫੀਸਰਸ ਨੂੰ ਲੈ ਕੇ ਵੀ ਪਰਮਿਸ਼ਨ ਸਰਕਾਰ ਤੋਂ ਮੰਗੀ ਹੈ ਉਹ ਪਰਮਿਸ਼ਨ ਵੀ ਮਿਲ ਚੁੱਕੀ ਹੈਗੀ ਹੈ ਭਗਵੰਤ ਮਾਨ ਦੀ ਸਰਕਾਰ ਵੱਲੋਂ ਤੇ ਹੁਣ ਜਲਦ ਜਿਹੜਾ ਹੈਗਾ ਇਹ ਕੇਸ ਜਿਹੜਾ ਹੈਗਾ ਤੂਲ ਫਰਦਾ ਨਜ਼ਰ ਆਏਗਾ ਹ ਜਿਹੜੀ ਆ ਗਈਆਂ ਸਾਧੂ ਸਿੰਘ ਧਰਮਸੋਜ ਦੇ ਸਾਬਕਾ ਮੰਤਰੀ ਹੁੰਦੀਆਂ ਹੋਰ ਵਦਨ ਗਿਆ ਕਿਉਂਕਿ ਇਹ ਵੀ ਦੱਸਦੀ ਹੈ ਕਿ ਕ੍ਰਿਸ਼ਨ ਜਿਹੜਾ ਵਿਜੀਲੈਂਸ ਬਿਊਰੋ ਹੈਗਾ ਉਸਨੇ तमाम ਜਾਣਕਾਰੀ ਜਿਹੜਾ ਹੈਗਾ ਆਫ ਦਾ ਕੈਮਰਾ ਹੀ ਸਾਨੂੰ ਉੱਤੇ ਸੋਰਸਸ ਤੋਂ ਪਤਾ ਲੱਗਿਆ ਕਿ ਚਲਾਨ ਤਿਆਰ ਕਰ ਲਿਆ ਗਿਆ ਜਿਹੜਾ ਜੰਗਲਾਤ ਮਹਿਕਮੇ ਦਾ ਸਕੈਮ ਜਿਸ ਜੁਡੀਸ਼ੀਅਲ ਕਸਟਡੀ ਚੱਲ ਰਹੀ ਹੈ ਗਿਆ ਉਸ ਨੂੰ ਲੈ ਕੇ ਚਲਾਨ ਤਿਆਰ ਕਰ ਲਿਆ ਗਿਆ ਹੁਣ ਸਕਾਲਰਸ਼ਿਪ ਸਕੈਮ ਨੂੰ ਜਿਹੜਾ ਕਥੇ ਤੌਰ ਤੇ ਹੈਗਾ ਉਸ ਨੂੰ ਲੈ ਕੇ ਜਿਹੜਾ ਹੈ ਹੁਣ ਇਨਕੁਆਰੀ ਜਲਦ ਜਿਹੜੀ ਹੈ ਸ਼ੁਰੂ ਹੋ ਜਾਏਗੀ ਕਿਉਂਕਿ ਸਖਤ ਤੌਰ ਤੇ ਜਿਹੜਾ ਹੈ ਕਾਰਵਾਈ ਕਰਨ ਦੇ ਸਖਤ ਤੌਰ ਤੇ ਇਨਕੁਆ ਆਫੀਸਰਸ ਜ਼ਿੰਮੇਵਾਰ ਨੇ ਉਹਨਾਂ ਲਈ ਬਿਲਕੁਲ ਨਾ ਬਖਸ਼ਿਆ ਜਾਵੇ ਹਰ ਇੱਕ ਫਾਈਲ ਤੇ ਅਕੀਨ ਚਿੱਟ ਨੂੰ ਜੇਕਰ ਅਸੀਂ ਅੱਗੇ ਜੋੜਨ ਦਾ ਕੰਮ ਕਰੀਏ ਤਾਂ ਇੱਕ ਬਿਆਨ ਵੀ ਵੱਡਾ ਚਰਚਾ ਦੇ ਵਿੱਚ ਰਿਹਾ ਵੱਡੇ ਪੱਧਰ ਤੇ ਚਰਚਾ ਦਾ ਵਿਸ਼ਾ ਬਿਆਨ ਸੀ ਕੈਪਟਨ ਅਮਰਿੰਦਰ ਸਿੰਘ ਦਾ ਸਾਬਕਾ ਚੀਫ ਮਿਨਿਸਟਰ ਦਾ ਕੈਪਟਨ ਨੇ ਹਾਲਾਂਕਿ ਜ਼ਿਕਰ ਕੀਤਾ ਕਿ ਮੈਨੂੰ ਪਤਾ ਹੈ ਕਿ ਕਿਹੜੇ ਕਿਹੜੇ ਉਸ ਵੇਲੇ ਲੀਡਰ ਇਨਵੋਲਵਮੈਂਟ ਸੀ ਪਵੇ ਮਾਈਨਿੰਗ ਜ਼ੋਨ ਦਾ ਹੋਰ ਕਪਲੈਂਟ ਹੋਣਾ ਦੂਜੇ ਪਾਸੇ ਅਸੀਂ ਕਿਸੇ ਦਾ ਨਾਮ ਨਹੀਂ ਲੈ ਰਹੇ ਇਜਾਜ ਏਜੰਸੀਆਂ ਦੇਖਣ ਕਿ ਕੌਣ ਗਿਲਟੀ ਹੈ ਕੌਣ ਗਿਲਟੀ ਨਹੀਂ ਇਹ ਅਦਾਲਤਾਂ ਨੇ ਸਭ ਕੁਝ ਤੈਅ ਕਰਨਾ ਹੈ ਪਰ ਇੱਕ ਸਕਥਿਤ ਸਕਾਲਰਸ਼ਿਪ ਸਕੈਮ ਦੇ ਵਿੱਚ ਕਈ ਲੀਡਰਾਂ ਦਾ ਜ਼ਿਕਰ ਹੋ ਰਿਹਾ ਹੈ ਕਈ ਅਫਸਰਾਂ ਦਾ ਜ਼ਿਕਰ ਹੋ ਰਿਹਾ ਹੈ ਆਖਰਕਾਰ ਕੀ ਸਮੇਂ ਦੀ ਨਜ਼ਾਕਤ ਮੁਤਾਬਕ ਇੱਕ ਕਲੀਨ ਚਿੱਟ ਦੇਣੀ ਮناسب ਹੈ ਜਾਂ ਸਰਕਾਰਾਂ ਬਦਲੀਆਂ ਇਸ ਨੂੰ ਪੋਲਿਟੀਕਲ ਨਜ਼ਰ ਨਾਲ ਅਸੀਂ ਦੇਖੀਏ ਆ ਬਿਲਕੁਲ ਅਗਰ ਪੋਲਿਟੀਕਲ ਥ ਵਿਊ ਦੀ ਗੱਲ ਕਰ ਲਈ ਜਾਵੇ ਇਸ ਤਮਾਮ ਮਾਮਲੇ ਨੂੰ ਲੈ ਕੇ ਤੇ ਹੁਣ ਬਿਲਕੁਲ ਮਾਨ ਸਰਕਾਰ ਜਿਹੜੀ ਹੈਗੀ ਆ ਉਸ ਵੇਲੇ ਦੀ ਸਰਕਾਰ ਤੇ ਕੈਪਟਨ ਸਰਕਾਰ ਤੇ ਵੀ ਕਿਤਨੇ ਕਿਤੇ ਉਂਗਲੀਆਂ ਛੁਕਰੀ ਹੈਗੀ ਕਿ ਉਸ ਵੇਲੇ ਕਲੀਨ ਚਿੱਟ ਕਿਵੇਂ ਦਿੱਤੀ ਗਈ ਕਿਸ ਬੇਸਿਸ ਤੇ ਦਿੱਤੀ ਗਈ ਕਿ ਇਨਕੁਆਰੀ ਪ੍ਰੋਪਰ ਹੋਈ ਆ ਨਹੀਂ ਹੋਈ ਉਹ ਚੀਜ਼ਾਂ ਨੂੰ ਲੈ ਕੇ ਵੀ ਜਿਹੜੀ ਹੈਗੀ ਆ ਭਗਵਾਨ ਜਤਪਨ ਸਰਕਾਰ ਜਾਂਚ ਕਰਵਾਉਣ ਜਾ ਰਹੀ ਹੈ ਤੇ ਜਿਸ ਤਰ੍ਹਾਂ ਕੈਪਟਨ ਬਰਿੰਦਰ ਸਿੰਘ ਨੇ ਕਿਹਾ ਸੀਗਾ ਕਿ ਸਾਡੇ ਕੋਲ ਤਮਾਮ ਫਾਈਲ ਹੈਗੀ ਆ ਜਿਸ ਤੇ ਕਈ ਉਸ ਵੇਲੇ ਦੇ ਮੰਤਰੀਆਂ ਦਾ ਨਾਮ ਹੈਗਾ ਹੋਰ ਕਈ ਸਾਬਕਾ ਮੰਤਰੀਆਂ ਦਾ ਨਾਮ ਹੈਗਾ ਜਿਨ੍ਹਾਂ ਨੇ ਤਮਾਮ ਘਟਾਲੇ ਕੀਤੇ ਕਰਾ ਲੇਕਿਨ ਉਹ ਫਾਈਲ ਕ੍ਰਿਸ਼ਨ ਹਜੇ ਤੱਕ ਜਿਹੜੀ ਹੈਗੀ ਹੈ ਉਹ ਸਰਕਾਰ ਦੇ ਹਵਾਲੇ ਨਹੀਂ ਕੀਤੀ ਆਮ ਆਦਮੀ ਪਾਰਟੀ ਜਿਹੜੀ ਦੀ ਸਰਕਾਰ ਹੈਗੀ ਹੈ ਭਗਵੰਤ ਮਾਨ ਸਰਕਾਰ ਵੀ ਬਾਰ-ਬਾਰ ਕਹਿੰਦੀ ਹੈ ਕਿ ਉਹ ਕਿਉਂ ਫਾਈਲ ਜਿਹੜੀ ਹੁਣ ਤੱਕ ਨਹੀਂ ਪਜਾ ਸਕੇ ਇਸ ਤੋਂ ਇਲਾਵਾ ਹੋਰ ਜਿਹੜੇ ਉਸ ਫੇਲੇ ਦੇ ਕੈਪਟਨ ਸਰਕਾਰ ਚ ਜਿਹੜੇ ਮੰਤਰੀ ਜਿਹੜੇ ਹੈਗੇ ਸੀਗੇ ਉਹਨਾਂ ਨਾਲ ਜਦ ਅਸੀਂ ਗੱਲਬਾਤ ਕਰਦੇ ਆ ਗਏ ਉਹ ਸਿੱਧੇ ਤੌਰ ਤੇ ਕਹਿੰਦੇ ਆ ਕਿ ਅਗਰ ਫਾਈਲ ਹੈ ਉਹਨਾਂ ਕੋਲ ਨਾਮ ਹੈ ਤੇ ਜਲਦ ਖੁਲਾਸਾ ਕਰਨਾ ਚਾਹੀਦਾ ਹੈ ਕਿਉਂ ਨਾਮ ਖੁਲਾਸਾ ਮੀਡੀਆ ਚ ਨਹੀਂ ਕਰਦੇ ਕਿਉਂ ਜਨਤਾ ਕੋ ਫਾਈਲ ਨਹੀਂ ਕਰਦੇ ਜਨਤਾ ਕਿਉਂ ਨਾਮ ਨਹੀਂ ਕਰਦੇ ਫਾਈਲ ਹਲੇ ਤੱਕ ਕਿਉਂ ਦੱਬੀ ਹੋਈ ਹੈ ਤੇ ਬਿਲਕੁਲ ਕਪਟਨ ਮਨਿੰਦਰ ਸਿੰਘ ਨੂੰ ਲੈ ਕੇ ਵੀ ਉਹਨਾਂ ਦੇ ਸਾਥੀ ਉਸ ਵੇਲੇ ਤੇ ਰਹੇ ਉਹ ਸਵਾਲ ਚੁੱਕ ਰਹੇ ਨੇ ਭਗਵੰਤ ਮਾਨ ਸਰਕਾਰ ਸਵਾਲ ਚੁੱਕ ਰਹੀ ਹੈ ਕਿ ਤੇ ਬਿਲਕੁਲ ਜਿਸ ਤਰ੍ਹਾਂ ਅਫੀਸ਼ੀਅਲਸ ਜਿਹੜੇ ਹੈਗੇ ਆ ਉਹਨਾਂ ਤੇ ਇਸ ਵੇਲੇ ਇਨਕੁਆਇਰੀ ਹੋਵੇਗੀ ਤਾਂ ਉਸ ਵੇਲੇ ਦੇ ਮਨਿਸਟਰ ਤੇ ਇਨਕੁਆਇਰੀ ਹੋਵੇਗੀ ਹੋਰ ਜਿਹੜਾ ਹੈਗਾ ਤਮਾਮ ਚੀਜ਼ਾਂ ਜਿਹੜੀਆਂ ਇਸ ਤੇ ਪਹਿਲੂ ਵੇਖੇ ਜਾਣਗੇ ਕਿ ਕਿਹਦਾ ਕਿਹਦਾ ਹੋਰ ਹੱਥ ਹੈਗਾ ਕੋਈ ਉਹਨਾਂ ਦੇ ਉੱਪਰ ਹੋਰ ਜਿਹੜੇ ਇਹੋ ਜਿਹੇ ਹੈਗਾ ਸਿਗਾ ਕੋਈ ਅਥਾਰਟੀ ਕੇ ਜਿਨ੍ਹਾਂ ਨੇ ਸਾਥ ਦਿੱਤਾ ਹੁੰਦਾ ਸਕੈਮ ਚ ਇਹ ਤਮਾਮ ਚੀਜ਼ਾਂ ਹਰ ਐਂਗਲ ਤੋਂ ਜਿਹੜੀਆਂ ਜਾਂਚ ਕੀਤੀਆਂ ਜਾਣਗੀਆਂ ਤੇ ਹੁਣ ਵੇਖਣਾ ਹੋਵੇਗਾ ਕਿ ਇਹ ਮਾਮਲਾ ਕਿੰਨੀ ਜਲਦੀ ਇਨਕੁਆਰੀਆਂ ਜਿਹੜੀਆਂ ਆ ਗਈਆਂ ਉਹ ਸ਼ੁਰੂ ਹੋ ਕੇ ਕੁਝ ਨਵਾਂ ਡਵੈਲਪਮੈਂਟ ਇਸ ਸਾਹਮਣੇ ਆndi ਹੈ ਜੀ ਬਿਲਕੁਲ ਬਹੁਤ ਸ਼ੁਕਰੀਆ ਅੰਕੁਸ਼ ਜਾਣਕਾਰੀ ਦੀ ਸਾਨੂੰ ਸਾਰਣ ਨਾਲ ਪਾਉਣ ਬਸ